ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਨੌਰਥ ਅਮਰੀਕਾ ਦੇ ਵਿੱਚੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਖਾਸ ਤੌਰ 'ਤੇ ਪੰਜਾਬ ਅਤੇ ਭਾਰਤ ਦੀ ਜਿਹੜੀ ਸਿਆਸਤ ਹੈ ਉਹਦੇ ਉੱਪਰ ਪੰਛੀ ਝਾਤ ਮਾਰਾਂਗੇ। ਜਿਹੜਾ ਮਾਹੌਲ ਬਣਿਆ ਹੋਇਆ ਖਾਸ ਤੌਰ 'ਤੇ ਪੰਜਾਬ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹਾਂ, ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਇਸ ਵਕਤ ਪਿਛਲੇ 2-3 ਦਿਨਾਂ ਦੇ ਵਿੱਚ ਵੀਕਐਂਡ 'ਤੇ ਖਾਸ ਤੌਰ 'ਤੇ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਕੁਝ ਵਿਵਾਦਿਤ ਜਿਹੜੇ ਨੇ ਬਿਆਨ ਦਿੱਤੇ ਹੈਗੇ ਆ, ਜਿਨ੍ਹਾਂ ਨੂੰ ਮੁੱਖ ਰੱਖਦੇ ਹਾਂ ਸੋਸ਼ਲ ਮੀਡੀਆ 'ਤੇ ਖਾਸ ਤੌਰ 'ਤੇ ਉਹਨਾਂ ਦਾ ਬੜਾ ਹੀ ਮਜ਼ਾਕ ਬਣਾਇਆ ਜਾ ਰਿਹਾ, ਜਿੱਦਾਂ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਜਾਂ ਜਿਹੜੇ ਕਲੇਮ ਉਹਨਾਂ ਨੇ ਕੀਤੇ ਨੇ ਕਿ 87-88 ਦੇ ਵਿੱਚ ਮੈਂ ਫੋਟੋ ਖਿੱਚ ਕੇ ਈਮੇਲ ਕੀਤੀ ਸੀ, ਅਤੇ ਉਹ ਮਤਲਬ 90s ਦੇ ਵਿੱਚ ਜਿਹੜੀ ਇੰਟਰਨੈੱਟ ਹੈਗਾ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਇਆ ਪਬਲਿਕ ਡੋਮੇਨ ਦੇ ਵਿੱਚ, ਅਤੇ ਇੱਦਾਂ ਦੇ ਜਿਹੜੇ ਬਿਆਨ ਹੈਗੇ ਆ ਉਹਨਾਂ ਵੱਲੋਂ ਦਿੱਤੇ ਗਏ ਨੇ। ਇੱਕ ਬਾਲਾਕੋਟ ਦੀ ਸਰਜੀਕਲ ਸਟ੍ਰਾਈਕ ਦੇ ਹਵਾਲੇ ਦੇ ਨਾਲ ਕਿ ਉੱਥੇ ਜਦੋਂ ਅਸੀਂ ਜਹਾਜ਼ ਭੇਜਣੇ ਸੀ ਤਾਂ ਮੈਂ ਸੋਚਿਆ ਕਿ ਜਿਹੜੇ ਮੀਂਹ ਪੈਣਾ ਆ, ਮੌਸਮ ਖਰਾਬ ਹੈ ਅਤੇ ਬੱਦਲਬਾਈ ਹੋਣੀ ਹੈ, ਇਹਦੇ ਨਾਲ ਜਿਹੜੇ ਪਾਕਿਸਤਾਨੀ ਰਡਾਰ ਨੇ ਉਹ ਸਾਡੇ ਜਹਾਜ਼ਾਂ ਨੂੰ ਡਿਟੈਕਟ ਨਹੀਂ ਕਰ ਸਕਣਗੇ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਮੁੱਖ ਰੱਖਦੇ ਉਹਨਾਂ ਦਾ ਕਾਫੀ ਮਜ਼ਾਕ ਬਣ ਰਿਹਾ, ਅਤੇ ਇਸ ਵਕਤ ਪੰਜਾਬ ਦੀ ਅਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਪੋਲੀਟੀਕਲ ਸਿਨੈਰੀਓ ਹੈ ਇਹਦੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਜਿੰਨੇ ਵੀ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਦਾ ਵੀ ਸਵਾਗਤ ਹੈ ਜੀ। ਹਰਪ੍ਰੀਤ ਸਿੰਘ ਜੀ, ਸ਼ੁਰੂਆਤ ਕਰੀਏ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੋਂ ਅਤੇ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹਦੇ ਤੋਂ ਕੀ ਸਮਝਦੇ ਹੋ ਕਿ ਜਿਹੜੇ ਉਹ ਇਹ ਬਿਆਨ ਦੇ ਰਹੇ ਨੇ ਸੋਚ ਸਮਝ ਕੇ ਦੇ ਰਹੇ ਨੇ ਜਾਂ ਬਿਨਾਂ, ਜਿਵੇਂ ਕਹਿੰਦੇ ਹੁੰਦੇ ਨੇ ਵੀ ਗੱਲਾਂ ਦਾ ਕੜਾਹ ਬਣਾਉਣਾ ਅਤੇ ਉਸੇ ਨੂੰ ਮੁੱਖ ਰੱਖ ਕੇ ਉਹ ਜੋ ਵੀ ਉਹਨਾਂ ਦੇ ਮੂੰਹ ਦੇ ਵਿੱਚ ਆ ਰਿਹਾ ਉਹ ਕਹਿ ਰਹੇ ਨੇ? ਦੇਖੋ ਜੀ, ਹੁਣ ਤੁਸੀਂ ਪਹਿਲਾਂ ਹੀ ਕਹਿਤਾ ਜੀ ਕਿ ਗੱਲਾਂ ਦਾ ਕੜਾਹ ਉਹ ਬਣਾ ਰਹੇ ਨੇ, ਪਰ ਦੇਖੋ ਇਹ ਤੁਹਾਨੂੰ ਇਵੇਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹ ਕੱਲੇ ਕਿਸੇ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ, ਤੇ ਤੁਹਾਨੂੰ ਵੀ ਇਸ ਤਰੀਕੇ ਦੇ ਨਾਲ ਇਹ ਗੱਲ ਨਹੀਂ ਕਰਨੀ ਚਾਹੀਦੀ। ਵੈਸੇ ਇਸ ਗੱਲ ਦੀ ਵੀ ਅੱਗੇ ਇੱਕ ਗੱਲ ਹੈ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਹੋਣੀ ਭਾਰਤ ਦੇ ਪ੍ਰਧਾਨ ਮੰਤਰੀ ਸੀਗੇ ਤੇ ਉਦੋਂ ਇਹੀ ਲੋਕ ਜਿਹੜੇ ਸੀਗੇ ਇਹਨਾਂ ਨੇ ਬਹੁਤ ਵਾਰੀ ਇਹ ਗੱਲ ਕੀਤੀ ਆ, ਉਹ ਮੋਨੀ ਬਾਬਾ ਆ, ਉਹ ਚੁੱਪੀ ਬਾਬਾ ਆ, ਬੜਾ ਕੁਛ ਉਹ ਕਹਿੰਦੀ, ਪਰ ਜਦੋਂ ਹੁਣ ਅੱਜ ਮੋਦੀ ਦੇ ਉੱਤੇ ਫੇਂਕੂ ਹੋਣ ਦਾ ਇਲਜ਼ਾਮ ਲੱਗਦਾ ਤੇ ਹੁਣ ਜਿਹੜੇ ਇਹ ਹਿੰਦੂਤਵੀ ਨੇ ਉਹ ਇਹ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਇਹ ਭਾਰਤ ਦਾ ਪ੍ਰਧਾਨ ਮੰਤਰੀ ਆ। ਹੁਣ ਜਿਹੜੀਆਂ ਤੁਸੀਂ ਦੋ ਤਿੰਨ ਉਦਾਹਰਣ ਜਿਹਨਾਂ ਦੇ ਵਿੱਚ, ਪਹਿਲਾਂ ਤਾਂ ਇਹ ਸੀਗਾ ਵੀ ਇੰਟਰਨੈਟ ਜਿਹੜਾ ਸੀਗਾ ਮੋਦੀ ਸਾਹਿਬ ਦੇ ਗੁਜਰਾਤ ਦੇ ਵਿੱਚ ਮੇਰਾ ਖਿਆਲ 88-89 ਵਿੱਚ ਚੱਲਣਾ ਸ਼ੁਰੂ ਹੋ ਗਿਆ ਸੀਗਾ। ਵੈਸੇ ਵੀ ਕੋਈ ਵੀ ਚੀਜ਼ ਇਹ ਆਉਂਦੀ ਆ ਤੇ ਹਰ ਇੱਕ ਚੀਜ਼ ਦੇ ਉੱਤੇ ਆਪਣਾ ਕਬਜ਼ਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਵੇਂ ਜਿਵੇਂ ਮੱਥੇ ਦੇ ਉੱਤੇ ਉਹ ਤਿੰਨ ਨਿਸ਼ਾਨ ਨੇ, ਕਹਿੰਦੇ ਵਾਈਫਾਈ ਤਾਂ ਇਹ ਪੁਰਾਤਨ ਭਾਰਤ ਦੇ ਵਿੱਚ ਵੀ ਸੀਗਾ, ਜਿਹੜੇ ਬ੍ਰਹਮਸਤਰ ਸੀਗੇ ਉਹ ਕਹਿ ਰਹੇ ਨੇ ਕਿ ਨਿਊਕਲੀਅਰ ਵੈਪਨ ਸੀਗੇ, ਬਹੁਤ ਪੁਰਾਣੇ ਸੀਗੇ ਭਾਰਤ ਦੇ ਵਿੱਚ ਜਦੋਂ ਜਦੋਂ ਇਹਨਾਂ ਦੀ ਸਭਿਅਤਾ ਦੇ ਵਿੱਚ, ਮਤਲਬ ਕਿ ਜਦੋਂ ਦੁਆਬਰ ਸੀਗਾ ਉਦੋਂ ਦੇ ਜਿਹੜੇ ਇਹ ਵੈਪਨ ਨੇ ਉਹ ਯੂਜ ਕਰਦੇ ਨੇ। ਫਿਰ ਉੜਨ ਖਟੋਲਾ ਜਿਹੜਾ C-3 AD ਦੇ ਤੋਂ ਵੱਡਾ ਜਿਹੜਾ ਸਪਿੰਗ, ਮਤਲਬ ਕਿ ਵਿੰਗ ਸਪੈਨ ਸੀਗਾ ਉਹ ਇਹਨਾਂ ਦੇ ਉੜਨ ਖਟੋਲੇ ਦਾ ਸੀਗਾ, ਜਿਹੜੀ ਜਿਹੜੀ ਉਹਨਾਂ ਦੀ ਆਪਣੀ ਸਰਜਰੀ ਸੀਗੀ ਉਹ ਦੇਖ ਲਓ ਕਦੋਂ ਗਣੇਸ਼ ਜੀ ਦੇ ਵੇਲੇ ਸ਼ੁਰੂ ਹੋ ਗਈ ਸੀ, ਹਾਥੀ ਦਾ ਸਿਰ ਬੰਦੇ ਦੇ ਉੱਤੇ ਲਾ ਦੇਣਾ, ਇਹ ਬਹੁਤ ਵੱਡੀ ਕਰਾਮਾ ਸੀ। ਸੋ ਕਿਸੇ ਵੀ ਗੱਲ ਦੇ ਉੱਤੇ ਜੇ ਤੁਸੀਂ ਕਬਜ਼ਾ ਕਰਨਾ ਸਿੱਖਣਾ ਚਾਹੁੰਦੇ ਹੋ ਤੇ ਜਿਹੜੀ ਇਹ ਹਿੰਦੂਤਵੀ ਸੋਚ ਹੈਗੀ ਆ, ਜਿਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਆਈਕੋਨ ਹੈ, ਨਮੋ ਨਮੋ ਹੈਗਾ ਉਹ, ਉਹਦੇ ਤੋਂ ਤੁਸੀਂ ਸਿੱਖ ਸਕਦੇ ਹੋ। ਇਹ ਕੋਈ ਪਹਿਲੀ ਵਾਰ ਨੀ ਜੋ ਮੋਦੀ ਨੇ ਆਇਨਸਟਾਈਨ ਨੂੰ ਬੀਟ ਕੀਤਾ, ਮੋਦੀ ਨੇ ਪਹਿਲਾਂ ਵੀ ਇਹ ਕਿਹਾ ਸੀ ਜਦੋਂ ਬੱਚਿਆਂ ਦੇ ਨਾਲ ਉਹ ਟਾਕ ਸ਼ੋ ਕਰਦਾ ਹੁੰਦਾ ਸੀਗਾ ਸ਼ੁਰੂ ਦੇ ਵਿੱਚ, ਵੀ ਮਨ ਕੀ ਬਾਤ ਕਹਿਣ ਦੇ ਲਈ, ਤੇ ਜਦੋਂ ਉਹਨੇ ਸਵਾਲ ਕੀਤਾ ਵੀ ਗਲੋਬਲ ਵਾਰਮਿੰਗ ਦੇ ਬਾਰੇ ਤੁਹਾਡਾ ਕੀ ਖਿਆਲ ਆ, ਤੇ ਇਹਦੇ ਹਿਸਾਬ ਨਾਲ ਗਲੋਬਲ ਵਾਰਮਿੰਗ ਵੀ ਕੋਈ ਵਾਰਮਿੰਗ ਵਾਰਮਿੰਗ ਹੈ ਨੀ ਐਵੇਂ ਲੋਕਾਂ ਨੇ
ਹਵਾ ਕ੍ਰੀਏਟ ਕਰ ਦਿੱਤਾ ਆ। ਅਸਲ ਦੇ ਵਿੱਚ ਕੀ ਆ ਵੀ ਜਦੋਂ ਅਸੀਂ ਬੁੱਢੇ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੀ ਇਮਿਊਨਿਟੀ ਘੱਟ ਜਾਂਦੀ ਆ ਜੀ, ਤੇ ਜਦੋਂ ਸਾਨੂੰ ਫਿਰ ਉਹਦੀ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਆ, ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਆ, ਅਸੀਂ ਉਹਨੂੰ ਗਲੋਬਲ ਵਾਰਮਿੰਗ ਜਿਹੜੀ ਹੈਗੀ ਆ ਉਹ ਕਹਿਣੀ ਸ਼ੁਰੂ ਕਰ ਦਿੰਦੇ ਹਾਂ। ਦੇਖੋ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਉਹ ਕਹਿੰਦੇ ਨੇ ਕਿ ਜਿਹੋ ਜਿਹੇ ਕੋਕੋ ਤੇ ਉਹ ਜਿਹੇ ਬੱਚੇ, ਜਿਹੋ ਜਿਹਾ ਰਾਜਾ ਤੇ ਉਹ ਜਿਹੀ ਪਰਜਾ। ਹੁਣ ਇਹ ਕੋਈ ਪਹਿਲੀ ਵਾਰ ਨੀ ਹੋਇਆ, ਮੋਦੀ ਨੇ ਇਹੋ ਜਿਹੇ ਜਿਹੜੇ ਸ਼ਗੂਫੇ ਨੇ, ਇਹੋ ਜਿਹੀ ਫੇਂਕੂਬਾਜ਼ੀ ਜਿਹੜੀ ਆ ਉਹ ਕੀਤੀ ਆ, ਤਾਂ ਹੀ ਕਰਕੇ ਇਹਨੂੰ ਵਾਰ ਵਾਰ ਬਹੁਤ ਸਾਰੇ ਲੋਕ ਜਿਹੜੇ ਨੇ ਇਹਨੂੰ ਫੇਂਕੂ ਮੋਦੀ ਵੀ ਕਹਿੰਦੇ ਨੇ ਜੀ। ਸੋ ਹੱਥੋਂ ਗੱਲਾਂ ਕੱਲੀਆਂ ਮੋਦੀ ਨੇ ਨੀ ਕੀਤਾ, ਇਹਨਾਂ ਦਾ ਇੱਕ ਜੱਜ ਵੀ ਸੀਗਾ ਮੇਰੇ ਖਿਆਲ ਰਾਜਸਥਾਨ ਦਾ ਜੇ ਮੈਂ ਗਲਤ ਨੀ ਆ, ਤੇ ਉਹ ਵੀ ਸ਼ਰਮਾ ਜੀ ਜਿਹੜੇ ਨੇ, ਚੰਦਰ ਸ਼ਰਮਾ ਜੀ ਨੇ ਕੋਈ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀ ਮੋਰਨੀ ਆ ਉਹ ਮੋਰ ਦੇ ਹੰਝੂ ਪੀ ਕੇ ਬੱਚੇ ਨੂੰ ਜਨਮ ਦਿੰਦੀ ਆ। ਇਹੋ ਜਿਹੀਆਂ ਗੱਲਾਂ ਫੇਰ ਇਹਨਾਂ ਦਾ ਮੇਰਾ ਖਿਆਲ ਇਹਨਾਂ ਦਾ ਇੱਕ ਹੋਰ ਜੱਜ ਸੀਗਾ, ਚੀਫ ਜਸਟਿਸ ਸੀਗਾ ਉਹਨਾਂ ਦਾ, ਸੱਤਾਂ ਜੱਜਾਂ ਦਾ ਜਿਹੜਾ ਬੈਂਚ ਸੀਗਾ, ਉਹਨੇ ਇਹ ਫੈਸਲਾ ਦਿੱਤਾ ਸੀਗਾ ਕਿ ਮੇਰੇ ਖਿਆਲ ਲਿਓਟੀ ਕੋਈ ਨਾਂ ਦਾ ਇਹਨਾਂ ਦਾ ਜੱਜ ਸੀਗਾ, ਉਹਨੇ ਇਹ ਫੈਸਲਾ ਦਿੱਤਾ ਸੀਗਾ ਵੀ ਭਾਈ ਜਿਹੜਾ ਗਾਂ ਦਾ ਗੋਬਰ ਆ ਉਹ ਕੋਹੇਨੂਰ ਤੋਂ ਵੀ ਮਹਿੰਗਾ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉੱਥੇ ਉਹ ਚੱਲਦੀਆਂ ਨੇ, ਉਹ ਉੱਥੇ ਉਹ ਵਿਕਦੀਆਂ ਨੇ, ਉੱਥੇ ਉਹ ਪ੍ਰਚਾਰੀਆਂ ਵੀ ਜਾਂਦੀਆਂ ਨੇ, ਉੱਥੇ ਉਹਨਾਂ ਦੇ ਉੱਤੇ ਮਾਣ ਵੀ ਕੀਤਾ ਜਾਂਦਾ ਇਹੋ ਜਿਹੀਆਂ ਗੱਲਾਂ ਦੇ ਉੱਤੇ। ਕੱਲਾ ਮੋਦੀ ਦਾ ਦਿਮਾਗ ਇਹੋ ਜਿਹਾ ਨੀ ਹੈਗਾ, ਆਲਾ ਦੁਆਲਾ ਜਿਹੜਾ ਸਾਰੇ ਦਾ ਸਾਰਾ ਹੈਗਾ ਉਹ ਸਾਰੇ ਦਾ ਸਾਰਾ ਹੀ ਆਵਾ ਉੱਤਿਆ ਪਿਆ ਉੱਥੇ। ਅੱਛਾ ਸੰਬਿਤ ਪਾਤਰਾ ਨੇ ਜਿਹੜਾ ਆਪਣੇ ਆਪ ਨੂੰ ਬਹੁਤ ਇੰਟਲੈਕਚੁਅਲ ਕਹਾਉਂਦਾ, ਅੱਜ ਕੱਲ ਉਹਨੇ ਲੋਕਾਂ ਦੀਆਂ ਰਸੋਈਆਂ ਦੇ ਵਿੱਚ ਜਾ ਜਾ ਕੇ ਰੋਟੀ ਵੀ ਖਾਣੀ ਸ਼ੁਰੂ ਕੀਤੀ ਹੈ, ਇੱਕ ਵੱਖਰਾ ਪਖੰਡ ਸ਼ੁਰੂ ਕੀਤਾ ਆ। ਸੋ ਉਹਨੇ ਬਹੁਤ ਵਾਰ ਇਹ ਕਲੇਮ ਜਿਹੜਾ ਹੈਗਾ ਆ ਉਹ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਆਪਣੇ ਮੁੱਖ ਜਿਹੜੇ ਇਹਨਾਂ ਦੇ ਚੈਨਲ ਨੇ ਉਹਨਾਂ ਦੇ ਉੱਤੇ ਪ੍ਰਾਈਮ ਟਾਈਮ ਦੇ ਉੱਤੇ ਇਹ ਚੀਜ਼ ਦੇ ਦਾਅਵੇ ਕੀਤੇ ਨੇ ਕਿ ਹਾਂ ਭਾਈ ਜਿਹੜਾ ਕੋਹੇਨੂਰ ਹੀਰੇ ਤੋਂ ਵੀ ਜ਼ਿਆਦਾ ਕੀਮਤੀ ਗੋਬਰ ਦਾ ਗਾਂ ਦਾ ਗੋਬਰ ਆ। ਹੁਣ ਮੈਨੂੰ ਵੀ ਕਈ ਵਾਰ ਇਹ ਹੁੰਦਾ ਵੀ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਨਾ ਕਿ ਪੰਜਾਬ ਦਾ ਬੁਰਾ ਹਾਲ ਹੋਇਆ, ਮੈਨੂੰ ਤਾਂ ਇਹ ਲੱਗਦਾ ਕਿ ਸਾਡਾ ਪੰਜਾਬ ਤਾਂ ਬਹੁਤ ਖੁਸ਼ਹਾਲ ਆ। ਤੁਸੀਂ ਸੜਕਾਂ ਦੇ ਕਿਨਾਰੇ ਤੇ ਕੰਧਾਂ ਦੇ ਉੱਤੇ ਤੁਸੀਂ ਕੋਹੇਨੂਰ ਹੀਰੇ ਜਿਹੜੇ ਹੈਗੇ ਆ ਉਹ ਤੁਸੀਂ ਦੇਖ ਸਕਦੇ ਹੋ, ਕਦੀ ਵੀ ਜਾ ਕੇ ਤੁਸੀਂ ਉਹ ਤੋੜ ਸਕਦੇ ਹੋ ਤੁਸੀਂ, ਪਰ ਉਹ ਵਿਕਣਾ ਕਿੱਥੇ ਆ ਉਹ ਕਿਸੇ ਨੂੰ ਵੀ ਨੀ ਪਤਾ ਹੋ ਸਕਦਾ ਕਿ ਸੰਬਤ ਪਾਤਰਾ ਵਰਗੇ ਜਿਹੜੇ ਲੋਕ ਨੇ ਉਹ ਹੀ ਖਰੀਦਣ ਜਾਂ ਉਹਨਾਂ ਦੀ ਕੋਈ ਮਾਰਕੀਟ ਜਾਂ ਸੂਰਤ ਦੇ ਵਿੱਚ ਜਿੱਥੇ ਹੀਰੇ ਤਰਾਸ਼ੇ ਜਾਂਦੇ ਨੇ, ਅੱਜ ਕੱਲ੍ਹ ਹੋ ਸਕਦਾ ਵੀ ਉੱਥੇ ਗੋਬਰ ਤਰਾਸਿਆ ਜਾਵੇ, ਉੱਥੇ ਗੋਹਾ ਤਰਾਸਿਆ ਜਾਵੇ। ਸੋ ਇਹੋ ਜਿਹੀਆਂ ਜਿਹੜੀਆਂ ਇੱਕ ਮਹਾਨ ਮੁਲਕ ਦੇ ਜਿਹੜੇ ਮਹਾਨ ਨੇਤਾ ਨੇ ਆਗੂ ਨੇ ਉਹ ਇਹੋ ਜਿਹੀਆਂ ਮਹਾਨ ਗੱਲਾਂ ਜਿਹੜੀਆਂ ਉਹ ਕਰਦੇ ਨੇ, ਸਾਨੂੰ ਬੜਾ ਸੀਰੀਅਸ ਹੋ ਕੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਨੀ ਕਰਨਾ ਚਾਹੀਦਾ, ਇਹਨਾਂ ਨੂੰ ਇਹਨਾਂ ਦੇ ਉੱਤੇ ਯਕੀਨ ਕਰਨਾ ਚਾਹੀਦਾ ਕਿ ਉਹ ਮੁਲਕ ਜਿਹੜਾ ਹੈਗਾ ਹਜ਼ਾਰ ਸਾਲ ਗੁਲਾਮ ਉਈ ਨੀ ਰਹਿ ਗਿਆ, ਉਹਦੇ ਪਿੱਛੇ ਬਹੁਤ ਵੱਡੇ ਕਾਰਨ ਸੀ, ਉਸ ਮਾਣ ਮੱਤੇ ਇਤਿਹਾਸ ਦੇ ਪਿੱਛੇ ਇਹੋ ਜਿਹੀਆਂ ਸੋਚਾਂ ਕੋਈ ਹੁਣ ਤੋਂ ਨਹੀਂ ਸੀ ਹੈਗੀਆਂ, ਪੁਰਾਤਨ ਰੂਪ ਦੇ ਪੁਰਾਤਨ ਸਮਿਆਂ ਦੇ ਵਿੱਚ ਵੀ ਉਹ ਚੱਲੀਆਂ ਆ ਰਹੀਆਂ ਨੇ। ਜਦੋਂ ਉਹ ਕਹਿ ਰਹੇ ਨੇ ਕਿ ਮੰਤਰ ਪੜਾਂਗੇ ਤਾਂ ਉਹਨਾਂ ਦੀਆਂ ਅੱਖਾਂ ਅੰਨੀਆਂ ਹੋ ਜਾਣੀਆਂ, ਇਹ ਅੱਜ ਵੀ ਚੱਲ ਰਹੇ ਨੇ। ਇਹ ਜਿਹੜੇ ਮੰਤਰਬਾਜ਼ੀ ਹੈਗੀ ਆ ਉਹ ਕਹਿ ਰਹੇ ਨੇ ਕਿ ਜਿਹੜਾ ਚੀਨ ਦੇ ਬਾਰਡਰ ਦੇ ਉੱਤੇ ਤੁਹਾਨੂੰ ਕੋਈ ਸੜਕਾਂ ਬਣਾਉਣ ਦੀ ਲੋੜ ਨੀ, ਤੁਹਾਨੂੰ ਕੋਈ ਤੋਪਾਂ ਪੀੜਨ ਦੀ ਲੋੜ ਨੀ, ਉੱਥੇ ਜਾ ਕੇ ਪਾਂਡਿਆਂ ਨੂੰ 4-5 ਨੂੰ ਛੱਡੋ ਤੇ ਉਹਨਾਂ ਨੂੰ ਉੱਥੇ ਮੰਤਰ ਪੜਾਓ, ਮੰਤਰ ਪੜਾ ਕੇ ਤੁਸੀਂ ਚੀਨੀਆਂ ਦੀਆਂ ਅੱਖਾਂ ਅੰਨੀਆਂ ਕਰੋ, ਤੁਸੀਂ ਉਹਨਾਂ ਦੀਆਂ ਬੰਦੂਕਾਂ ਜਿਹੜੀਆਂ ਉਹ ਜਾਮ ਕਰੋ, ਉਹਨਾਂ ਦੇ ਜਿਹੜੇ ਟੈਂਕ ਨੇ ਜਿਹੜੀਆਂ ਤੋਪਾਂ ਨੇ ਉਹਨਾਂ ਨੂੰ ਜਾਮ ਕਰੋ, ਕਿਉਂ ਤੁਸੀਂ ਉੱਥੇ ਜਾ ਕੇ ਬੰਦੇ 1.3 million ਦੀ ਇਹਨਾਂ ਨੇ ਆਰਮੀ ਇਕੱਠੀ ਕੀਤੀ ਹੋਈ ਆ। ਸੋ ਇਹ ਸਿਆਣੇ ਲੋਕ ਨੇ ਇਹ ਗੁਲਾਮ ਹੋਣ ਦੇ ਲਈ ਹਮੇਸ਼ਾ ਵੱਖਰੀਆਂ ਖੋਜਾਂ ਕਰਦੇ ਰਹਿੰਦੇ ਨੇ। ਸੋ ਸਾਨੂੰ ਮੋਦੀ ਸਾਹਿਬ ਦੀਆਂ ਇਹੋ ਜਿਹੀਆਂ ਜਿਹੜੀਆਂ ਹੁਣ ਇਹਨੂੰ ਅਲੌਕਿਕ ਬਾਣੀਆਂ, ਅਲੌਕਿਕ ਜਿਹੜੇ ਉਹਨਾਂ ਦੇ ਉਹਨਾਂ ਨੂੰ ਰੈਵਲੇਸ਼ਨਸ ਹੋਈਆਂ ਨੇ, ਉਹਨਾਂ ਦੇ ਉੱਤੇ ਆਪਾਂ ਨੂੰ ਇਸ ਤਰੀਕੇ ਨਾਲ ਕਟਾਸ਼ ਨਹੀਂ ਕਰਨਾ ਚਾਹੀਦਾ, ਉਹ ਬਹੁਤ ਤਕੜੇ ਸਾਇੰਟਿਸਟ ਜੀ। ਤੇ ਇਹ ਸਾਰੀ ਗੱਲਬਾਤ ਜਿਹੜੀ ਹੈ, ਜਿਹੜੀ ਇਹ ਬਿਆਨਬਾਜ਼ੀ ਹੋ ਰਹੀ ਹੈ, ਤੁਸੀਂ ਸਰਾਹ ਰਹੇ ਹੋ ਮੋਦੀ ਸਾਹਿਬ ਨੂੰ, ਇਹ ਦੱਸੋ ਵੀ ਜੇ ਇਸ ਗੱਲਬਾਤ ਦਾ ਜਿਹੜੇ ਮੁੱਦੇ ਹੈਗੇ ਨੇ ਲੋਕਾਂ ਦੇ ਇਹਨਾਂ ਚੋਣਾਂ ਦੇ ਦੌਰਾਨ ਜੇ ਗੱਲ ਦੇਖਣੀ ਹੋਵੇ ਤਾਂ ਇਹਨਾਂ ਬਿਆਨਾਂ ਦਾ ਕੀ ਮਹੱਤਵ ਕੱਢਿਆ ਜਾਵੇ? ਕੀ ਇਹ ਧਿਆਨ ਭਟਕਾਉਣ ਦੀ ਇੱਕ ਨੀਤੀ ਸਮਝ ਆਉਂਦੀ ਹੈ, ਜਾਂ ਕੀ ਸਮਝਦੇ ਹੋ ਕਿ ਇਹ ਜਿਹੜੀ ਗੱਲਬਾਤ ਹੋ ਰਹੀ ਹੈ, ਜਿਹੜੇ ਰੀਅਲ ਇਸ਼ੂਜ਼ ਨੇ ਉਹ ਕਰਪਸ਼ਨ ਦੇ ਹੋਣ, ਅਦਰਵਾਈਜ਼ ਜਿਹੜੇ ਜਾਂ ਜਿਹੜੇ ਵਾਅਦੇ ਕੀਤੇ ਹੋਏ ਸੀ 5 ਸਾਲ ਪਹਿਲਾਂ
ਉਹ ਨਾ ਪੂਰੇ ਹੋ ਸਕਣ ਦੀ ਗੱਲ ਹੋਵੇ, ਬਾਕੀ ਸਾਰੀ ਅਨਇੰਪਲੋਇਮੈਂਟ ਦੀ ਗੱਲ ਹੋਵੇ, ਅਤੇ ਜਿਹੜੇ ਰੀਅਲ ਇਸ਼ੂਜ਼ ਨੇ ਉਹਨਾਂ ਨੂੰ ਛੱਡ ਕੇ ਜਿਹੜੀ ਡਿਬੇਟ ਹੈ ਉਹ ਇਸ ਵਕਤ ਇਹਨਾਂ ਗੱਲਾਂ ਦੇ ਦੁਆਲੇ ਘੁੰਮ ਰਹੀ ਹੈ। ਭਾਜੀ ਦੇਖੋ, ਮੈਂ ਚਾਹੇ ਇਸ ਗੱਲ ਦੀ ਕੋਈ ਪ੍ਰੋੜਤਾ ਕਰਾਂ ਜਾਂ ਨਾ ਕਰਾਂ, ਪਰ ਫਿਰ ਵੀ ਆਮ ਬੰਦੇ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਆ ਵੀ 5 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਮੋਦੀ ਨੇ ਕੱਦੂ ਚ ਤੀਰ ਮਾਰ ਦਿੱਤਾ ਵੀ ਉਹ ਜਾ ਕੇ ਉਸ ਚੀਜ਼ ਦੀ ਸਲਾਹ ਨਾ ਕਰੇ ਜਾਂ ਉਸ ਚੀਜ਼ ਉਸ ਚੀਜ਼ ਦਾ ਕੋਈ ਕੋਈ ਕਲੇਮ ਕਰ ਸਕੇ, ਕੋਈ ਦਾਅਵਾ ਕਰ ਸਕੇ। ਸੋ ਉਹਦੇ ਕੋਲ ਦਾਅਵਾ ਕਰਨ ਦੇ ਲਈ ਕੁਛ ਵੀ ਨਹੀਂ ਹੈਗਾ। ਜਿਹੜੇ
ਇਹਨਾਂ ਦੇ ਜਿਹੜੇ ਉਹਨਾਂ ਦੇ ਮਾਲਿਆ ਹੋਣ ਦੇ ਉਹ ਬਾਹਰ ਬਿਠਾ ਤੇ, ਜਿਹੜੇ ਇਹਨਾਂ ਦੇ ਚੌਕਸੀ ਨੇ ਉਹ ਬਾਹਰ ਬਿਠਾ ਤੇ, ਜਿਹੜੇ ਇਹਨਾਂ ਦੇ ਨੀਰਵ ਮੋਦੀ ਨੇ ਉਹ 10-10 ਹਜ਼ਾਰ ਕਰੋੜ ਰੁਪਇਆ ਜਿਹੜਾ ਹੈਗਾ ਗੁੱਛੀ ਮਾਰ ਕੇ ਬਾਹਰ ਬੈਠ ਗਏ ਨੇ। ਅੰਡਾਨੀ ਹੋ ਗਏ, ਅੰਬਾਨੀ ਹੋ ਗਏ, ਅੰਬਾਨੀਆਂ ਦਾ 40,000 ਕਰੋੜ ਰੁਪਇਆ ਜਿਹੜਾ ਹੈਗਾ ਇਹਨਾਂ ਨੇ ਮਾਫ਼ ਕਰ ਦਿੱਤਾ। ਕੀ ਅੰਬਾਨੀ ਜੇ ਵਾਕਈ ਉਹ 40,000 ਕਰੋੜ ਰੁਪਇਆ ਦੇਣ ਦੇ ਸਮਰੱਥ ਨਹੀਂ ਹੈਗਾ, ਫਿਰ ਇਹਨਾਂ ਦੀਆਂ 2-2 ਬਿਲੀਅਨ ਡਾਲਰ ਦੀਆਂ ਕੋਠੀਆਂ ਜਿਵੇਂ ਬਣ ਜਾਂਦੀਆਂ, ਉਹ ਕਿਉਂ ਨੀ ਕੁਰਕੀਆਂ ਕੀਤੀਆਂ ਜਾਂਦੀਆਂ? ਜੇਕਰ ਤੁਸੀਂ ਕਿਸੇ ਕਿਸਾਨ ਦੇ 80,000 ਰੁਪਈਏ ਦੀ ਖਾਤਰ ਉਹਦਾ ਆਲਾ ਦੁਆਲਾ ਦੀ ਕੁਰਕੀ ਕਰਕੇ ਤੁਸੀਂ 60,000 ਜਾਂ 80,000 ਰੁਪਇਆ ਉਹ ਤੋਂ ਲੈ ਸਕਦੇ ਆ, ਪਰ ਕੀ ਕਾਰਨ ਨੇ ਕਿ ਆਹ 40-40 ਹਜ਼ਾਰ ਕਰੋੜ ਰੁਪਈਏ ਜਿਹੜੇ ਨੇ ਇਹਨਾਂ ਨੂੰ ਮਾਫ਼ ਕੀਤੇ ਜਾਂਦੇ ਨੇ? ਕੀ ਕਾਰਨ ਨੇ ਉਹਨਾਂ ਨੂੰ 36-36 ਹਜ਼ਾਰ 22 ਹਜ਼ਾਰ ਕਰੋੜ ਰੁਪਈਏ ਦੇ ਜਿਹੜੇ ਕੰਟਰੈਕਟ ਨੇ ਉਹ ਦਵਾਏ ਜਾਂਦੇ ਨੇ, ਬਾਵਜੂਦ ਇਸਦੇ ਕਿ ਉਹਨਾਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਕੋਈ ਪਾਸ ਨੀ ਹੈਗਾ ਵੀ ਉਹ ਕਿਸੇ ਡਿਫੈਂਸ ਇਕਵਿਪਮੈਂਟ ਬਣਾਉਣ ਦੇ ਲਈ ਜਿਹੜੇ ਹੈਗੇ ਆ ਉਹ ਮਸ਼ਹੂਰ ਹੋਣ, ਕੋਈ ਚੀਜ਼ ਇਹੋ ਜਿਹੀ ਨੀ ਹੋਈ ਹੈਗੀ। ਪਰ ਉਹਨਾਂ ਨੂੰ ਯਾਰੀਆਂ ਨਿਭਾਉਣ ਦੇ ਲਈ, ਯਾਰੀਆਂ ਕਿਉਂ, ਯਾਰੀਆਂ ਕਿਸ ਚੀਜ਼ ਕਰਕੇ? ਕਿਉਂਕਿ ਜਿਹੜੀਆਂ ਹੁਣ ਆਹ ਚੋਣਾਂ ਆ ਰਹੀਆਂ ਜਿਹਨਾਂ ਦੇ ਵਿੱਚ 25-25 ਹਜ਼ਾਰ ਕਰੋੜ ਰੁਪਈਏ ਦੇ ਜਿਹੜੇ ਇਹਨਾਂ ਦੇ ਆਹ ਬੁੱਤ ਬਣਨੇ ਨੇ ਉਹ ਕਿੱਥੋਂ ਬਣਨੇ ਨੇ? ਉਹ ਇਹਨਾਂ ਲੋਕਾਂ ਨੇ ਉਹ ਦੇਣੇ ਨੇ, ਇਹਨਾਂ ਲੋਕਾਂ ਨੇ ਜਦੋਂ ਪੈਸੇ ਦੇਣੇ ਨੇ ਉਹ ਕਿਉਂਕਿ ਵਪਾਰੀ ਨੇ, ਕਿਉਂਕਿ ਲਾਲੇ ਨੇ ਵੱਡੇ, ਇਹਨਾਂ ਨੂੰ ਪੈਸੇ ਇਹਨਾਂ ਨੇ ਤਾਂ ਹੀ ਦੇਣੇ ਨੇ ਤਾਂ ਕਿ ਉਹ ਪੈਸੇ ਜਿਹੜੇ ਨੇ ਇਹਨਾਂ ਨੂੰ ਵਾਪਸ ਆ ਸਕਣ। ਇੰਨਾ ਜ਼ਿਆਦਾ ਮੇਰਾ ਨੀ ਖਿਆਲ ਕਿ 15-20 ਮਿੰਟਾਂ ਦੇ ਵਿੱਚ ਤੁਸੀਂ ਜਿਹੜੀਆਂ ਉਹਨਾਂ ਦੀਆਂ ਨਾਕਾਮੀਆਂ ਦੇ ਉੱਤੇ ਰੋਸ਼ਨੀ ਪਾ ਸਕਦੇ ਹੋ। ਸੋ ਇੰਨਾ ਕੁਛ ਉੱਥੇ ਹੋ ਰਿਹਾ, ਜਾਂ ਇਹ ਕਹਿ ਲਓ ਕਿ ਉੱਥੇ ਕੁਛ ਵੀ ਨੀ ਹੋ ਰਿਹਾ, ਤੇ ਉਹਨਾਂ ਚੀਜ਼ਾਂ ਨੂੰ ਲਗਾਉਣ ਦੇ ਲਈ ਇਹੋ ਜਿਹੀਆਂ ਜਿਹੜੀਆਂ ਰਡਾਰ ਵਾਲੀਆਂ ਚੀਜ਼ਾਂ, ਇਹੋ ਜਿਹੀਆਂ ਜਿਹੜੀਆਂ ਬਾਲਾਕੋਟ ਵਾਲੇ ਫਰਜੀਕਲ ਸਪਾਈਕਾਂ ਨੇ, ਉਹ ਇਹਨਾਂ ਨੂੰ ਕਰਨ ਦੀ ਜ਼ਰੂਰਤ ਪੈ ਰਹੀ ਆ, ਔਰ ਇਸੇ ਤਰੀਕੇ ਨਾਲ ਪੈਣੀ ਪੈਣੀ ਆ। ਜਿਹੜਾ ਸਵਾਮੀ ਦੀ ਗੱਲ ਕੀਤੀ ਸੀ ਉਹ ਸੁਬਰਾਮਨੀਅਮ ਸਵਾਮੀ ਆ, ਜਿਹੜਾ ਇਹ ਕਹਿੰਦਾ ਸੀਗਾ ਵੀ ਭਾਈ ਉੱਥੇ ਵਿਕਾਸ ਵਿਕੂਸ ਦੇ ਮੁੱਦੇ ਦੇ ਉੱਤੇ ਗੱਲ ਨੀ, ਕਿਤੇ ਨੇ ਵੋਟਾਂ ਦੇਣੀਆਂ ਹੁੰਦੀਆਂ, ਵੋਟਾਂ ਜਿਹੜੀਆਂ ਦੇਣੀਆਂ ਹੁੰਦੀਆਂ ਇਮੋਸ਼ਨਲ ਹੋ ਕੇ ਦੇਣੀਆਂ ਹੁੰਦੀਆਂ, ਤੇ ਇਮੋਸ਼ਨਲ ਜਿਹੜਾ ਕਰਦੇ ਨੇ ਉਹ ਇਸੇ ਤਰੀਕੇ ਨਾਲ ਕਰਦੇ ਨੇ। ਅਜੇ ਕੱਲ ਪਰਸੋਂ ਦੀ ਗੱਲ ਹੈ, ਇੱਕ ਹੋਰ ਬੰਦੇ ਨੇ ਸ਼ਗੂਫਾ ਛੱਡਿਆ ਕਿ ਜਿਹੜੀ ਭਾਰਤ ਦੀਆਂ ਔਰਤਾਂ ਨੇ ਉਹ 1 ਸਾਲ ਦੇ ਵਿੱਚ 52 ਬੱਚੇ ਪੈਦਾ ਕਰ ਸਕਦੀਆਂ ਨੇ। ਹੁਣ ਇਹੋ ਜਿਹੇ ਸ਼ਗੂਫੇ, ਇਹੋ ਜਿਹੀਆਂ ਗਲਤ ਬਿਆਨਬਾਜ਼ੀਆਂ, ਇਹ ਹੋ ਸਕਦਾ ਕਿ ਉਹਨਾਂ ਦੀ ਫਰਸਟ੍ਰੇਸ਼ਨ ਵੀ ਹੋਵੇ, ਪਰ ਇੱਕ ਪਾਸੇ ਉਹਨਾਂ ਨੂੰ ਇਹ ਵੀ ਪਤਾ ਵੀ ਜਿੱਤਣਾ ਉਹਨਾਂ ਨੇ ਆ, ਕਿਉਂਕਿ EVM ਮਸ਼ੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਕੰਟਰੋਲ ਚ। ਜੀ, ਤੇ ਭਾਈ ਸਾਹਿਬ ਜੇ ਗੱਲ ਪੰਜਾਬ ਦੀ ਕਰਨੀ ਹੋਵੇ, ਹੁਣ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ 6 ਪੜਾਅ ਮੁਕੰਮਲ ਹੋ ਚੁੱਕੇ ਆ, ਤੇ ਹੁਣ ਆਉਂਦੀ 19 ਤਰੀਕ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ, ਤੇ ਜਿਹੜੀ ਸਾਰੀ ਕੇਂਦਰ ਦੀ ਲੀਡਰਸ਼ਿਪ ਵੀ ਹੈ, ਸੈਂਟਰ ਕਮਾਂਡ ਹੈ ਹਰ ਇੱਕ ਪਾਰਟੀ ਦੀ, ਉਹ ਇਸ ਵਕਤ ਉਹਨਾਂ ਨੇ ਪੰਜਾਬ ਦੇ ਵਿੱਚ ਹੁਣ ਡੇਰੇ ਲਾਏ ਨੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਭਾਜਪਾ ਗੱਠਜੋੜ ਹੋਵੇ, ਸਾਰਿਆਂ ਦਾ ਜਿਹੜਾ ਹੁਣ ਫੋਕਸ ਹੈ ਉਹ ਪੰਜਾਬ ਦੇ ਉੱਤੇ ਹੈ। ਕਿਵੇਂ ਦੀ ਸਥਿਤੀ ਦੇਖਦੇ ਹੋ ਜਿਹੜੀਆਂ ਪੰਜਾਬ ਦੇ ਵਿੱਚ ਲੋਕਾਂ ਦਾ ਰੁਝਾਨ ਕੀ ਨਜ਼ਰ ਆਉਂਦਾ? ਵਿਜੀਆ, ਥੋੜੀ ਜਿਹੀ ਤੁਹਾਡੀ ਗੱਲ ਕੱਟੀ ਗਈ ਸੀ, ਮੈਂ ਬਾਅਦ ਚ ਸੁਣ ਨਹੀਂ ਸਕਿਆ। ਜੀ ਨਹੀਂ, ਮੇਰਾ ਸਵਾਲ ਸੀ ਵੀ ਪੰਜਾਬ ਦੇ ਵਿੱਚ ਚੋਣਾਂ 19 ਤਰੀਕ ਨੂੰ ਪੈਣੀਆਂ ਨੇ, ਤੇ ਕੇਂਦਰ ਦੀ ਜਿਹੜੀ ਸਾਰੀ ਲੀਡਰਸ਼ਿਪ ਹੈ ਕਿਸੇ ਵੀ ਪਾਰਟੀ ਦੀ ਹੋਵੇ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਭਾਜਪਾ ਗੱਠਜੋੜ, ਸਾਰਿਆਂ ਨੇ ਇਸ ਵਕਤ ਡੇਰੇ ਪੰਜਾਬ ਦੇ ਵਿੱਚ ਲਾਏ ਨੇ, ਜੇ ਐਨਾਲਾਈਜ਼ ਕਰਨਾ ਹੋਵੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਇਸ ਵਕਤ ਲੋਕਾਂ ਦਾ ਰੁਝਾਨ ਕੀ ਹੈ? ਵੀਰ ਜੀ, ਦੇਖੋ, ਪੰਜਾਬ ਦੇ ਵਿੱਚ ਜੇ ਤੁਸੀਂ ਜਿਹੜੇ ਇਹਨਾਂ ਦੇ ਉਮੀਦਵਾਰ ਨੇ, ਜੇ ਉਹਨਾਂ ਦਾ ਸਟੇਟਸ ਦੇਖਣਾ ਹੋਵੇ, ਉਹਨਾਂ ਦਾ ਸਟੈਚਰ ਦੇਖਣਾ ਹੋਵੇ, ਉਹਨਾਂ ਦਾ ਕੱਦਕਾਠ ਦੇਖਣਾ ਹੋਵੇ, ਜਗੀਰ ਕੌਰ ਵਰਗੇ ਉੱਥੇ ਖੜੇ ਨੇ, ਸਨੀ ਦਿਓਲ ਵਰਗੇ ਉੱਥੇ ਖੜੇ ਨੇ, ਸਨੀ ਦਿਓਲ ਦੀਆਂ ਤੁਸੀਂ ਇੰਟਰਵਿਊ ਦੇਖ ਲਓ, ਇਹ ਕਹਿ ਰਹੇ ਮੈਨੂੰ ਤਾਂ ਕੁਛ ਪਤਾ ਹੀ ਨੀ ਸਿਆਸਤ ਦਾ, ਜੇ ਤੈਨੂੰ ਸਿਆਸਤ ਦਾ ਨਹੀਂ ਪਤਾ ਤੇ ਫਿਰ ਹੁਣ ਕੀ, ਤੂੰ ਵੀ ਇੱਥੇ ਪਕੌੜੇ ਤਲਣਾ ਆ ਬਹੁਤ ਅੱਛਾ। ਉਹ ਤੋਂ ਬਾਅਦ ਰਾਜਾ ਵੜਿੰਗ ਹੁਣੀ ਦੇਖ ਲਓ, ਉਹ ਤੋਂ ਬਾਅਦ ਸੁਖਵੀਰ ਬਾਦਲ ਵਰਗੇ ਦੇਖ ਲਓ, ਜਾਂ ਆਹ ਸਿਮਰਤ ਹਰਸਿਮਰਤ ਬਾਦਲ ਦੇਖ ਲਓ। ਯਾਨੀ ਕਿ ਪੰਜਾਬ ਦਾ ਵੀ ਜੇਕਰ ਤੁਸੀਂ ਸਿਆਸੀ ਮਾਹੌਲ ਦੇਖਣਾ ਹੋਵੇ, ਜਾਂ ਜਿਹੜੇ ਸਿਆਸੀ ਲੋਕਾਂ ਦੇ ਲੈਵਲ ਦੇਖਣੇ ਹੋਣ, ਤੇ ਤੁਹਾਨੂੰ ਕੋਈ ਬਹੁਤ ਜ਼ਿਆਦਾ ਸ਼ੀਸ਼ੇ ਰੱਖਣ ਦੀ ਲੋੜ ਨੀ, ਜਾਂ ਪ੍ਰਿਜ਼ਮ ਦੇ ਵਿੱਚ ਤੁਹਾਨੂੰ ਦੇਖਣ ਦੀ ਲੋੜ ਨੀ, ਜਾਂ
ਤੁਹਾਨੂੰ ਕੋਈ ਲੈਂਸ ਲਾਉਣ ਦੀ ਲੋੜ ਨਹੀਂ ਹੈਗੀ, ਤੁਹਾਡੀ ਇਹਨਾਂ ਦੀ ਅਕਲ ਦੇ ਜਨਾਜ਼ੇ ਜਿਹੜੇ ਹੈਗੇ ਨੇ ਤੁਹਾਨੂੰ ਇਹਨਾਂ ਦੀਆਂ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਦੀਆਂ ਨੇ। ਹੁਣ ਜਿਹਨਾਂ ਬੰਦਿਆਂ ਨੂੰ ਇਹ ਨੀ ਪਤਾ ਕਿ ਪੰਜਾਬ ਦੇ ਮਸਲੇ ਕੀ ਨੇ, ਉਹ ਇਹ ਕਹਿ ਰਹੇ ਨੇ ਕਿ ਹਾਂਜੀ ਵੀ ਅਸੀਂ ਜਦੋਂ ਤੁਸੀਂ ਸਾਨੂੰ ਜਿਤਾਓਗੇ ਤੇ ਅਸੀਂ ਉਦੋਂ ਮਸਲੇ ਦੇਖਾਂਗੇ। ਜਿੱਦਾਂ ਹੁਣ ਸਨੀ ਦਿਓਲ ਹੁਣੀ ਇਹ ਕਹਿ ਰਹੇ ਨੇ ਕਿ ਜੀ ਅਸੀਂ ਮਸਲੇ, ਮੈਨੂੰ ਕੁਛ ਪਤਾ ਨੀ ਹੈਗਾ, ਮੈਨੂੰ ਮੋਦੀ ਦੇ ਵਿੱਚ ਇੱਕ ਚੰਗਾ ਪ੍ਰਾਈਮ ਮਿਨਿਸਟਰ ਦਿਖਿਆ ਤੇ ਮੈਂ ਬੀਜੇਪੀ ਦੇ ਵਿੱਚ ਆ ਗਿਆ। ਹੁਣ ਇਹੋ ਜਿਹੇ ਬੰਦੇ ਨੇ, ਤੁਹਾਨੂੰ ਕੀ ਲੱਗਦਾ ਕਿ ਜਗੀਰ ਕੌਰ ਵਰਗੀ ਜਿਹੜੀ ਔਰਤ ਹੈਗੀ ਆ ਜਾਂ ਜਿਹੜੀ ਆਗੂ ਹੈਗੀ ਆ ਉਹਨੂੰ ਕੁਛ ਵੀ ਪਤਾ ਹੋਊਗਾ, ਘੁਬਾਇਆ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਕੁਛ ਵੀ ਪਤਾ ਹੋਊਗਾ, ਜਾਂ ਰਾਜਾ ਬੜਿੰਗ ਵਰਗੇ ਜਿਹੜੇ ਜਿਹੜੀਆਂ ਵਿੰਗੀਆਂ ਸਿੱਧੀਆਂ ਮਾਰਨ ਵਾਲੇ ਲੋਕ ਨੇ, ਤੁਹਾਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਕੋਈ ਇਹਨਾਂ ਦੇ ਵਿੱਚ ਅਕਲ ਨਾਂ ਦੀ ਕੋਈ ਚੀਜ਼ ਹੋਊਗੀ ਜਾਂ ਇਹਨਾਂ ਦੇ ਵਿੱਚ ਕੋਈ ਲਿਆਕਤ ਨਾਂ ਦੀ ਕੋਈ ਚੀਜ਼ ਹੋਊਗੀ, ਦੂਰ ਅੰਦੇਸ਼ੀ ਨਾਂ ਦੀ ਕੋਈ ਚੀਜ਼ ਹੋਊਗੀ? ਦੇਖੋ, ਮੈਨੂੰ ਬਹੁਤ ਇਸ ਗੱਲ ਦੇ ਉੱਤੇ ਬੁਰਾ ਵੀ ਲੱਗਦਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਆਪਣੇ ਮੱਥੇ ਦੇ ਉੱਤੇ ਜਾਂ ਆਪਣੇ ਮੋਢੇ ਦੇ ਉੱਤੇ ਕਿਉਂ ਜੇ ਲੋਕ ਜਿਹੜੇ ਨੇ ਉਹ ਚੜਾ ਲਏ ਨੇ, ਜਿਹਨਾਂ ਦੀ ਔਕਾਤ ਨਹੀਂ ਹੈਗੀ ਇੱਕ ਸਕੂਲ ਦਾ ਚਪੜਾਸੀ ਲੱਗਣ ਦੀ, ਸੁਖਬੀਰ ਬਾਦਲ ਵਰਗੇ ਉਹਨਾਂ ਨੇ ਆਪਣੇ ਮੱਥੇ ਦਾ ਮੁਕਟ ਬਣਾ ਲਿਆ, ਜਿਹਨਾਂ ਲੋਕਾਂ ਨੂੰ ਮੇਰਾ ਨੀ ਖਿਆਲ ਕਿ ਸੱਥ ਦੇ ਵਿੱਚ ਕੋਈ ਉਹਨਾਂ ਨੂੰ ਬੋਲਣ ਦੀ ਵੀ ਤਮੀਜ਼ ਹੈਗੀ ਆ, ਅਕਲ ਹੈਗੀ ਆ, ਉਹ ਰਾਜਾ ਬੜਿੰਗ ਵਰਗੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਸਟਾਰ ਪ੍ਰਚਾਰਕ ਨੇ, ਇਹਨਾਂ ਚੋਣਾਂ ਦੇ ਵਿੱਚ ਦੇਖੋ ਜਿਤਾਉਣਾ ਤੁਹਾਨੂੰ ਕਚਰੇ ਨੂੰ ਹੀ ਪੈਣਾ, ਕੋਈ ਨਾ ਕੋਈ ਤੁਹਾਨੂੰ ਅੱਗੇ ਉਹ ਲਿਆਉਣਾ ਪੈਣਾ, ਪਰ ਤੁਸੀਂ ਇਹ ਦੇਖੋ ਵੀ ਉਹ ਪੰਜਾਬ ਦੇ ਮੁਸਤਕਬਿਲ ਦੇ ਲਈ, ਪੰਜਾਬ ਦੀ ਕਿਸਮਤ ਦੇ ਲਈ, ਪੰਜਾਬ ਦੀ ਬਿਹਤਰੀ ਦੇ ਲਈ ਤੁਸੀਂ ਸੋਚਦੇ ਹੋ ਕਿ ਕੋਈ ਕੁਛ ਕਰ ਸਕੂਗੇ? ਮੈਂ ਹੁਣ ਜੇ ਜੁਮਲੇ ਦੇਣੇ ਨੇ, ਜੇ ਇਹੋ ਜਿਹੇ ਸੁਪਨੇ ਦੇਣੇ ਨੇ ਤੇ ਮੈਂ ਆਪ ਹੀ ਕਹਿ ਦੂੰਗਾ ਕਿ ਹਾਂ ਮੈਂ 13-13 ਲੱਖ ਰੁਪਇਆ ਹਰੇਕ ਮਹੀਨੇ ਲੋਕਾਂ ਦੇ ਖਾਤਿਆਂ 'ਚ ਜਮ੍ਹਾਂ ਕਰਾ ਦੂੰਗਾ। ਯਾਨੀ ਕਿ ਲੋਕਾਂ ਨੂੰ ਉਹਨਾਂ ਨੇ ਸਮਰੱਥ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਲੋਕਾਂ ਨੂੰ ਉਹ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਕੋਈ ਆਟਾ ਦਾਲ ਸਕੀਮ ਲੈ ਆਉਂਦਾ, ਕੋਈ ਜੀ 6,000 ਰੁਪਇਆ ਜਿਹੜਾ ਹੈਗਾ ਅਸੀਂ ਗਰੀਬਾਂ ਨੂੰ ਉਹ ਦੇ ਦੇਵਾਂਗੇ। ਤੁਸੀਂ ਗਰੀਬਾਂ ਨੂੰ ਨੌਕਰੀ ਦਿਓ, ਤੁਸੀਂ 6,000 ਰੁਪਇਆ ਕਿਉਂ ਦਓਗੇ ਤੁਸੀਂ ਗਰੀਬਾਂ ਨੂੰ? ਕਿਉਂ ਤੁਸੀਂ ਉਹਨਾਂ ਨੂੰ ਭਿਖਾਰੀ ਬਣਾ ਦਿੱਤਾ ਆ ਸਾਰੇ ਲੋਕਾਂ ਨੂੰ? ਤੋਂ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਦੀ ਪਹੁੰਚ ਸਿਰਫ ਤੇ ਸਿਰਫ ਕੁਰਸੀ ਤੱਕ ਆ, ਇਹਨਾਂ ਦੀ ਭੁੱਖ ਜਿਹੜੀ ਆ ਸਿਰਫ ਤੇ ਸਿਰਫ ਕੁਰਸੀ ਤੱਕ ਆ। ਮੈਂ ਬਹੁਤ ਦੇਰ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀਗਾ ਕਿ ਭਾਰਤ ਦੀ ਜਿਹੜੀ ਡੈਮੋਕਰੇਸੀ ਆ ਉਹ ਡੈਮੋਕਰੇਸੀ ਨਹੀਂ ਹੈਗੀ, ਉਹ ਸਿਫੋਕਰੇਸੀ ਆ। ਸਿਫੋਕਰੇਸੀ ਦਾ ਮਤਲਬ ਇਹ ਹੋ ਜਾਂਦਾ ਵੀ ਤੁਸੀਂ ਜਿੱਤਣ ਤੋਂ ਬਾਅਦ 5 ਸਾਲ ਇਸ ਚੀਜ਼ ਲਈ ਕੰਮ ਨਹੀਂ ਕਰਦੇ ਕਿ ਤੁਸੀਂ ਕੰਮ ਕਰਨਾ, ਤੁਸੀਂ ਕੰਮ ਇਸ ਚੀਜ਼ ਦੇ ਉੱਤੇ ਵਰਕ ਕਰਦੇ ਹੋ ਕਿ ਤੁਸੀਂ ਅਗਲੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਕਿਸ ਤਰੀਕੇ ਦੇ ਨਾਲ ਜਿੱਤਣੀਆਂ। ਤਾਂ ਹੀ ਕਰਕੇ ਤੁਸੀਂ ਜਿੰਨੇ ਵੀ ਇਹਨਾਂ ਦੇ ਪ੍ਰੋਗਰਾਮ ਅਖਾੜੇ ਲੱਗਦੇ ਨੇ, ਹਰੇਕ ਦੇ ਮੂੰਹ ਚ ਇਹੀ ਹੋਊਗਾ ਵੀ ਕਿਸੇ ਨੇ 2 ਸਾਲ ਦੇ ਵਿੱਚ ਵਿਕਾਸ ਕਰ ਦਿੱਤਾ, ਕਿਸੇ ਨੇ 10 ਸਾਲ ਦੇ ਵਿੱਚ ਵਿਕਾਸ ਕਰ ਦਿੱਤਾ। ਜਿਹੜਾ 10 ਸਾਲ ਵਾਲਾ ਹੈਗਾ ਉਹ 2 ਸਾਲ ਵਾਲਿਆਂ ਨੂੰ ਇਹ ਕੁਐਸਚਨ ਕਰਦਾ ਵੀ ਭਾਈ ਤੁਸੀਂ ਵਿਕਾਸ ਦਿਖਾ ਲਓ ਕਿੱਥੇ ਗਿਆ। ਹੁਣ ਉਹ ਜਿਹੜੇ 2 ਸਾਲ ਵਾਲੇ ਨੇ ਹੁਣ ਉਹ ਦੱਸਦੇ ਨੇ, ਝੂਠ ਮਾਰਦੇ ਨੇ, ਹਾਂਜੀ ਜੀ ਅਸੀਂ ਮੰਡੀਆਂ ਦੀਆਂ ਸੜਕਾਂ ਪੱਕੀਆਂ ਕਰ ਦਿੱਤੀਆਂ, ਅਸੀਂ ਗਲੀਆਂ ਪੱਕੀਆਂ ਕਰ ਦਿੱਤੀਆਂ, ਪਰ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਨਾ ਉਹਨਾਂ ਦੇ ਕੋਲ 10 ਸਾਲ ਵਾਲੇ ਜਿਹੜੇ ਸ਼ਾਸਕ ਨੇ ਉਹਨਾਂ ਦੇ ਸਮੇਂ ਦੇ ਵਿੱਚ ਕੋਈ ਉਹਨਾਂ ਨੂੰ ਉਦਾਹਰਣ ਮਿਲਦੀ ਆ ਆਮ ਲੋਕਾਂ ਨੂੰ ਵੀ ਭਾਈ ਅਸੀਂ ਦੱਸ ਦਈਏ ਭਾਈ ਸਾਡੇ ਘਰ ਪੱਕੇ ਹੋਏ ਨੇ, ਸਾਡੀਆਂ ਗਲੀਆਂ ਪੱਕੀਆਂ ਹੋਈਆਂ ਨੇ, ਸਾਡੇ ਜਿਹੜੇ ਬੱਚੇ ਨੇ ਉਹ ਨੌਕਰੀਆਂ ਦੇ ਉੱਤੇ ਰੱਖੇ ਗਏ ਨੇ, ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੇ ਹਾਲਾਤ ਜਿਹੜੇ ਨੇ ਉਹ ਬਿਹਤਰ ਹੋਏ ਨੇ। ਪਰ ਚਾਹੇ ਉਹ ਰਾਜ ਕਰਨ ਵਾਲੇ ਨੇ ਚਾਹੇ ਉਹ ਵਿਰੋਧ ਦੇ ਵਿੱਚ ਨੇ, ਹਰੇਕ ਬੰਦਾ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀ ਕਰ ਰਿਹਾ। ਕਿਸੇ ਦੇ ਕੋਲ ਇਹ ਵਿਜ਼ਨ ਨਹੀਂ ਹੈਗਾ ਕਿ ਅਸੀਂ ਪੰਜਾਬ ਨੂੰ ਜਾਂ ਉਸ ਮੁਲਕ ਨੂੰ ਅੱਗੇ ਕਿਵੇਂ ਲਿਜਾ ਸਕਦੇ ਹਾਂ, ਕਿੱਥੋਂ ਪੈਸਾ ਆਊਗਾ, ਕਿੱਥੋਂ ਜਿਹੜੇ ਸੋਰਸਿਸ ਨੇ ਜਿਹੜੇ ਸਰੋਤ ਨੇ ਉਹ ਉਤਪੰਨ ਹੋਣਗੇ, ਉਹ ਜਨਰੇਟ ਹੋਣਗੇ, ਕਿੱਥੋਂ ਕੀ ਕਰੂੰਗੇ। ਹਾਂ ਜਿਹੜੇ ਜੁਮਲੇ ਹੈਗੇ ਨੇ ਉਹ ਜ਼ਰੂਰ ਇਹਨਾਂ ਨੇ ਉਹ ਦੇਈ ਜਾ ਰਹੇ ਨੇ, ਉਹਨਾਂ ਜੁਮਲਿਆਂ ਦੇ ਉੱਤੇ ਹੀ ਜਿਹੜੇ ਸਾਡੇ ਲੋਕ ਨੇ ਉਹਨਾਂ ਨੇ ਆਲਣੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਹੁਣ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਕਿਸ ਸਿੱਟੇ ਦੇ ਉੱਤੇ ਪਹੁੰਚੋਗੇ ਵੀ ਆਂਡਾ ਪਹਿਲਾਂ ਆਇਆ ਸੀ ਕਿ ਮੁਰਗੀ ਪਹਿਲਾਂ ਆਈ ਸੀ, ਕਿ ਕੀ ਸਾਡੀਆਂ ਬੇਵਕੂਫੀਆਂ ਕਰਕੇ ਜਿਹੜੇ ਸਾਡੇ ਸ਼ਾਸਕ ਬੇਵਕੂਫ ਨੇ, ਕਿ ਸਾਡੇ ਸ਼ਾਸਕ ਬੇਵਕੂਫ ਹੋਣ ਕਰਕੇ ਜਿਹੜੀਆਂ ਅਸੀਂ ਅੱਜ ਬੇਵਕੂਫ ਬਣੇ ਪਏ ਹਾਂ। ਸੋ ਬਹੁਤ ਗੁੰਝਲਦਾਰ, ਬਹੁਤ ਪੇਚੀਦਾ ਜਿਹੀਆਂ ਜਿਹੜੀਆਂ ਸਾਡੇ ਅੱਗੇ ਸਾਡੇ ਸਾਹਮਣੇ ਆ ਰਹੀਆਂ ਨੇ ਪੈਦਾ ਹੋ ਚੁੱਕੀਆਂ ਨੇ। ਮੈਨੂੰ ਇਹ ਲੱਗਦਾ ਕਿ
ਆਉਣ ਵਾਲੇ ਸਮੇਂ ਦੇ ਵਿੱਚ ਕੀ ਭਾਰਤ ਦੇ ਸੰਵਿਧਾਨ ਦੇ ਥੱਲੇ ਕੋਈ ਵੀ ਜਿਹੜੀਆਂ ਇਹੋ ਜਿਹੀ ਨਾਟਕਬਾਜ਼ੀ ਹੋ ਰਹੀ ਆ ਚੋਣਾਂ ਦੀ, ਉਹਨਾਂ ਦੇ ਵਿੱਚ ਪੰਜਾਬ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ, ਨਾ ਅੱਜ ਹੋਣਾ ਨਾ ਆਉਣ ਵਾਲੇ 10 ਸਾਲਾਂ ਚ ਜਾਂ 16 ਸਾਲਾਂ ਦੇ ਵਿੱਚ ਹੋ ਸਕਦਾ। ਸੋ ਪੰਜਾਬ ਦੇ ਲੋਕਾਂ ਨੂੰ ਆਪਣੀ ਆਜ਼ਾਦੀ ਦੇ ਵੱਲ ਵਧਣਾ ਚਾਹੀਦਾ, ਉਹਨਾਂ ਨੂੰ ਆਪਣੀ ਆਜ਼ਾਦੀ ਦੇ ਬਾਰੇ ਸੋਚਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਜੁਮਲੇਬਾਜ਼ੀਆਂ ਇਹੋ ਜਿਹੇ ਲਿਫਾਫੇਬਾਜ਼ੀਆਂ ਦੇ ਵਿੱਚੋਂ ਅਸੀਂ ਨਿਕਲ ਸਕੀਏ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਜਿਹੜੀ ਸਿਚੁਏਸ਼ਨ ਆ ਉਹ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਇਹ ਗੱਲਬਾਤ ਸਰਦਾਰ ਹਰਪ੍ਰੀਤ ਸਿੰਘ ਨਾਲ ਜਿਹੜੀ ਸੀ ਟੋਰੋਂਟੋ ਤੋਂ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ, ਉਮੀਦ ਕਰਦੇ ਹਾਂ। ਅਤੇ ਇਸੇ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਵੱਧ ਰਿਹਾ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੱਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ, 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।